ਜਾਤ ਪਾਤ ਕੀ ਐਡੀਆਂ ਅਸ਼ਲੀਲ ਗੱਲਾਂ ਕੀਤੀਆਂ ਨੇ ਚੈਟ ਦੇ ਵਿੱਚ ਕੇ ਮਜ਼ਹਬੀ ਸਿੱਖਾਂ ਦੀਆਂ, ਰਵਿਦਾਸੀਆਂ ਸਿੱਖਾਂ ਦੀਆਂ ਚੂੜੀਆਂ ਚਮਿਆਰੀਆਂ ਤਾਂ ਹਜ਼ਾਰ ਹਜ਼ਾਰ ਰੁਪਏ ਪਿੱਛੇ ਵਿਕ ਜਾਂਦੀਆਂ ਤੇ 500-500 ਪਿੱਛੇ ਵੋਟ ਚ ਵਿਕ ਜਾਣਗੇ। ਖਰੀਦ ਲੋ ਉੱਥੋਂ ਇੱਕ ਪਰਮਜੀਤ ਕਾਲੀ ਹੈ ਜੀ, ਇਹਦਾ ਬਹੁਤ ਵੱਡਾ ਸਪੋਰਟਰ ਹੈ, ਇਹਦੇ ਨਾਲ ਹੀ ਦੇਖਿਆ ਜਾਂਦਾ ਜਦੋਂ ਵੀ ਦੇਖੋ, ਇਹਨਾਂ ਦੇ ਨਾਲ ਹੀ ਹੁੰਦਾ। ਜੇ ਮਾਤਾ ਬਾਹਰ ਆਵੇ ਤਾਂ ਮਾਤਾ ਦੇ ਵੀ ਨਾਲ ਹੁੰਦਾ, ਇਹਦੇ ਫਾਦਰ ਸਾਹਿਬ ਹੁਣ ਉਹ ਨਾਲ ਸਭ ਅੱਜ ਵੀ ਰਾਈਟ ਹੈਂਡ ਆ ਬੰਦਾ ਉਹ ਜੀ। ਉਹਦੀ ਤੇ ਇੱਕ USA ਤੋਂ ਕੋਈ ਚਾਚਾ ਵਘੇਲ ਹੈ, ਇਹਨਾਂ ਦੀ ਵਟਸਐਪ ਚੈਟ ਹੋਈ ਹੈ, ਆਪਣੇ ਕੀ ਕਹਿੰਦੇ ਵਾਇਰਲ ਹੋਈ ਹੈ। ਉਹ ਜਿਹੜੀ ਵਟਸਐਪ ਚੈਟ ਵਾਲਾ ਚੈਨਲ ਹੈ, ਜੇ ਕੋਈ ਵਟਸਐਪ ਗਰੁੱਪ ਆ, ਉਹ ਹੈਗਾ ਖਡੂਰ ਸਾਹਿਬ ਇਲੈਕਸ਼ਨ। ਪਰਮਜੀਤ ਸਿੰਘ ਕਾਲੀ ਦੀ ਜਿਹੜਾ ਕਿ ਅੰਮ੍ਰਿਤਪਾਲ ਜਿਹੜਾ ਖਡੂਰ ਸਾਹਿਬ ਤੋਂ ਉਮੀਦਵਾਰ ਹੈ, ਉਹਦੀ ਇੱਕ ਉਹਨੇ ਸਪਸ਼ਟੀਕਰਨ ਦਿੱਤਾ ਵੀ ਮੇਰੀ ਇਹ ਚੈਟ ਨਹੀਂ, ਪਰ ਨਹੀਂ ਤੇਰੀ ਚੈਟ ਨਹੀਂ ਤਾਂ, ਪਰ ਸਾਡਾ ਫਰਜ਼ ਆ ਸਾਰੇ ਸਾਡੇ ਜਥੇਬੰਦੀਆਂ ਦਾ ਕਿ ਇਹਦੀ ਕੰਪਲੇਂਟ ਕੀਤੀ ਜਾਵੇ ਤਾਂ ਕਿ ਕੋਈ ਹੋਰ ਲਾਗਾਤ ਉਹ ਜਾਤ ਪਾਤ ਦੀਆਂ ਗੱਲਾਂ ਕਰੇ। ਹੁਣ ਕੀ ਮਸਲਾ ਆਪਾਂ ਉੱਥੇ ਆਈਏ, ਦਰਸ਼ਕਾਂ ਨੂੰ ਇਹ ਦੱਸੋ। ਮਸਲਾ ਇਹ ਹੈ ਜੀ ਕਿ ਜਿਹੜੀ ਮੈਂ ਉੱਥੇ ਵੀਡੀਓ ਕੀਤੀ ਸੀ DSP ਸਾਹਿਬ ਦੇ ਬਾਹਰਲੇ ਪਾਸੇ ਜਿੱਥੇ ਬੋਰਡ ਲੱਗਾ DSP ਮਰੋੜ ਦਾ, ਉਹਦੇ ਵਿੱਚ ਮੈਂ ਇਹ ਕੀਤੀ ਸੀ ਵੀ ਆਹ ਇੱਕ ਚੈਟ ਵਾਇਰਲ ਹੋਈ ਹੈ ਭਰਾਓ, ਵਟਸਐਪ ਗਰੁੱਪ ਤੋਂ, ਇਹ ਖਡੂਰ ਸਾਹਿਬ ਦੇ ਨਾਂ ਤੇ ਬਣਿਆ ਰਿਹਾ ਮਿਸ਼ਨ ਖਡੂਰ ਸਾਹਿਬ, ਇਹਦੇ ਤੋਂ ਸਾਡੀਆਂ ਧੀਆਂ ਭੈਣਾਂ ਨੂੰ 1000-1000 ਰੁਪਈਆ ਇਹਨਾਂ ਨੇ ਕਿਹਾ ਵੀ ਬੋਲੀ ਲੱਗ ਜਾਂਦੀ, ਇਹਨਾਂ ਦੀ 500-500 ਚ ਵੋਟਾਂ ਖਰੀਦ ਲਓ। ਦੋ ਤਿੰਨ ਦਿਨਾਂ ਤੋਂ ਇੱਕ ਚੈਟ ਵਾਇਰਲ ਹੋ ਰਹੀ ਹੈ ਵਟਸਐਪ ਗਰੁੱਪ ਦੀ, ਉਹਦੇ ਬਾਰੇ ਗੱਲ ਕਰਨੀ ਹੈ ਅੱਜ ਉਸ ਬੰਦੇ ਬਾਰੇ ਜਿਸਦੀ ਇਹ ਚੈਟ ਹੈ ਵਟਸਐਪ 'ਤੇ ਚੈਟ ਹੋਈ ਹੈ, ਉਹਦੇ ਖਿਲਾਫ਼ ਪਰਚਾ ਦਰਜ ਕਰਾਉਣ ਬਾਰੇ DSP ਮਰੋੜ ਸਾਹਿਬ ਨੂੰ ਮਿਲੇ ਹੈ। ਪਰਮਜੀਤ ਕਾਲੀ ਦੀ ਉਹਦਾ ਪਰਮਜੀਤ ਕਾਲੀ ਦਾ ਆਇਆ ਜਦੋਂ ਓਰੀਜਨ ਆਇਆ, ਉਹਨੇ ਆਪਦੀ ਸਪਸ਼ਟੀਕਰਨ ਦਿੱਤਾ ਤੇ ਅਸੀਂ ਉਸ ਕੰਪਲੇਂਟ ਉਸ ਹਿਸਾਬ ਨਾਲ ਦਿੱਤੀ ਹੈ ਵੀ ਫਲਾਂ ਕੋਈ ਪਰਮਜੀਤ ਕਾਲੀ ਹੈ ਤੇ ਫਲਾਂ ਕੋਈ ਬਾਹਰ ਆ ਤੇ ਫਲਾਂ ਕੋਈ ਹੋਰ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਜਾਤ ਪਾਤ ਦਾ ਖੰਡਨ ਕੀਤਾ। ਇੱਕ ਪਾਸੇ ਇਹ ਕਿਹੜੇ ਲੋਕ ਨੇ ਜਿਹੜੇ ਅਜੇ ਵੀ ਜਾਤ ਪਾਤ ਦੀਆਂ ਗੱਲਾਂ ਕਰਦੇ। 5-6 ਦਿਨਾਂ ਬਾਅਦ ਹੁਣ ਇਹ ਵੀਡੀਓ ਕਿਸੇ ਨੇ, ਜਾਂ ਤਾਂ ਇਹਨਾਂ ਦੇ ਬੰਦਿਆਂ ਨੇ ਕਿਸੇ ਨੇ ਐਡਿਟ ਕੀਤੀ ਹੋਈ ਵੀਡੀਓ ਹੈ, ਵੀਡੀਓ ਐਡਿਟ ਕਰਕੇ ਇੰਸਟਾਗ੍ਰਾਮ ਤੇ 2-3 ਆਈਡੀਆਂ ਤੇ ਚਲਾ ਤੀ, ਵਿਊ ਲੈ ਲਓ ਕੋਈ ਗੱਲ ਨੀ, ਪਰ ਜਦੋਂ ਮੇਰਾ ਧੱਕਾ ਵੱਜਿਆ ਨਾ ਕੰਪਲੇਂਟ ਕੀਤੀ ਹੋਈ ਹੈ, ਵਿਊ ਮੈਂ ਸਾਰੇ ਧੱਕ ਦੇਣੇ ਅੰਦਰ। ਪੰਜਵੀਂ ਸਿੱਖਾਂ ਦੀਆਂ, ਰਵਿਦਾਸੀਆਂ ਸਿੱਖਾਂ ਦੀਆਂ ਚੂੜੀਆਂ ਚਮਿਆਰੀਆਂ ਤਾਂ 1000-1000 ਰੁਪਏ ਪਿੱਛੇ ਵਿਕ ਜਾਂਦੀਆਂ ਤੇ 500-500 ਪਿੱਛੇ ਵੋਟ ਚ ਵਿਕ ਜਾਣਗੇ। ਖਰੀਦ ਲਓ। ਸਤਿ ਸ੍ਰੀ ਅਕਾਲ ਜੀ, ਮੈਂ ਮੋਹਨ ਮਕਬੂਲ, ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ। ਦੋਸਤੋ, ਪਿਛਲੇ ਦਿਨਾਂ ਦੀ ਜੇ ਗੱਲ ਕਰੀਏ ਤਾਂ ਅਕਸਰ ਇਲੈਕਸ਼ਨ ਹੋਣ ਕਰਕੇ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਲਾਸਟ ਚਰਨ ਸੀ, ਆਖਰੀ ਚਰਨ ਦਾ ਸਾਡਾ ਪੰਜਾਬ ਦੇ ਹਿੱਸੇ ਆਇਆ ਸੀ, ਵੋਟਾਂ ਪਈਆਂ ਨੇ, ਪ੍ਰਧਾਨ ਮੰਤਰੀ ਚੁਣੇ ਗਏ, ਸਾਡੇ ਵੱਲੋਂ ਪਹਿਲਾਂ ਤਾਂ ਲੱਖ ਲੱਖ ਮੁਬਾਰਕਾਂ ਨੇ, ਦੇਸ਼ ਦੀ ਨਵੀਂ ਸਰਕਾਰ ਬਣੀ ਹੈ। ਤੇ ਆਪਾਂ ਗੱਲਬਾਤ ਕਰੀਏ ਵੀ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਖੜੇ, ਕੁਛ ਆਜ਼ਾਦ ਖੜੇ, ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਖੜੇ ਹੈ,
ਜਿਹੜੇ ਜਿੱਤ ਵੀ ਗਏ ਨੇ ਉਹਨਾਂ ਨੂੰ ਵੀ ਲੱਖ ਲੱਖ ਮੁਬਾਰਕਾਂ ਨੇ। ਪਰ ਗੱਲਬਾਤ ਬੜੀ ਗੰਭੀਰ ਹੈ ਜਿਹੜੀ ਅਸੀਂ ਕਰਨ ਲੱਗੇ ਹਾਂ। ਇਹ ਮੁਬਾਰਕਾਂ ਤਾਂ ਸਾਡਾ ਫਰਜ਼ ਹੈ, ਜਦੋਂ ਕੋਈ ਜਿੱਤਦਾ ਉਹਦੇ ਨਾਲ ਮੁਬਾਰਕਾਂ, ਜੇ ਕੋਈ ਹਾਰਦਾ ਉੱਥੇ ਅਫਸੋਸ ਵੀ ਕਰਦੇ ਹਾਂ। ਜਿਹੜੇ ਜਿੱਤੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਾਂ ਨੇ। ਪਰ ਇੱਕ ਬਹੁਤ ਵੱਡੀ ਗੱਲ ਜੇ ਮੈਂ ਕਰਾਂ, ਇਹ ਚਰਚਾ ਦਾ ਵਿਸ਼ਾ ਬਣੀ ਸੀ ਖਡੂਰ ਸਾਹਿਬ ਸੀਟ ਦੇ ਸੰਬੰਧ ਤੇ, ਉਹ ਗੱਲ ਸੀਗੀ ਉੱਥੇ ਗੱਲਬਾਤ ਚੱਲੀ ਕੋਈ ਵਟਸਐਪ ਕਥਿਤ ਵਟਸਐਪ ਜਿਹੜੀ ਚੈਟ ਹੈ ਉਹ ਇੱਕ ਰਿਲੀਜ਼ ਹੁੰਦੀ ਹੈ, ਜਿਹਦੇ ਵਿੱਚ ਕੋਈ ਪਰਮਜੀਤ ਅਕਾਲੀ ਨੇ ਉਹ 'ਚ ਕਿਹਾ ਗਿਆ ਸੀ ਵੀ ਆਪਾਂ ਨੂੰ ਵੋਟਾਂ ਬੜੀਆਂ ਘੱਟ ਪੈਣਗੀਆਂ, ਐਸੀ ਸਮਾਜ ਸੰਵਿਧਾਨ ਦੇ ਖਿਲਾਫ ਚੱਲਦਾ ਜਿਹੜਾ ਅੰਮ੍ਰਿਤਪਾਲ ਹੈ, ਇਸ ਕਰਕੇ ਐਸੀ ਸਮਾਜ ਦੀ ਵੋਟ ਨਹੀਂ ਪੈਣੀ। ਉਹ ਚੈਟ ਦੇ ਵਿੱਚ ਲਿਖਿਆ ਗਿਆ ਸੀ ਵੀ ਐਸੀ ਸਮਾਜ ਦੀਆਂ ਧੀਆਂ ਭੈਣਾਂ 500,000 ਪਿੱਛੇ ਵਿਕ ਜਾਂਦੀਆਂ ਨੇ। ਮਤਲਬ ਕਈ ਹੋਰ ਸ਼ਬਦ ਵੀ ਨੇ ਜਿਹੜੇ ਮੈਂ ਕਹਿ ਨਹੀਂ ਸਕਦਾ, ਵੀ ਇੱਥੇ ਤੱਕ ਕਿ ਚੂਹੇ ਚਮਾਰ ਵੀ ਲਿਖਤਾ ਉਹਨਾਂ ਨੇ, ਸਾਰਾ ਕੁਛ ਹੀ ਇਹ ਸਭ ਦੇ ਸਾਹਮਣੇ ਆਇਆ, ਉਹ ਵਾਇਰਲ ਵੀ ਹੋਈ ਵਟਸਐਪ ਚੈਟ। ਉਸ ਤੋਂ ਬਾਅਦ ਹਮੇਸ਼ਾ ਹੀ ਜਿਹੜੇ ਹਰ ਧਰਮ ਦੇ ਹਰ ਸਮਾਜ ਦੇ ਮੁੱਦੇ ਚੱਕਦੇ ਨੇ, ਚੌਧਰੀ ਕਿਸ਼ਨ ਲਾਲ ਸਾਬਕਾ SHO ਨੇ ਤੇ ਪੁਲਿਸ ਪੀੜਤ ਪਰਿਵਾਰ ਦੇ ਪ੍ਰਧਾਨ ਵੀ ਰਹੇ ਲੰਮਾ ਸਮਾਂ, ਤੇ ਸਮਾਜ ਸੇਵਾ ਦੇ ਵਿੱਚ ਵਧੀਆ ਨਾਮ ਹੈ ਇਹਨਾਂ ਦਾ, ਅਕਸਰ ਸਾਡੇ ਨਾਲ ਇਹ ਵਿਸ਼ਿਆਂ ਤੇ ਚਰਚਾ ਕਰਦੇ ਰਹਿੰਦੇ ਨੇ। ਉਹਨਾਂ ਨੇ ਮੁੱਦਾ ਚੁੱਕਿਆ DSP ਸਾਹਿਬ ਮਲੋਟ ਦੇ ਅੱਗੇ ਜਾ ਕੇ, ਕੁਛ ਹੋਰ ਸੰਸਥਾਵਾਂ ਦੇ ਅਹੁਦੇਦਾਰ ਸੀਗੇ, ਖੁਦ ਵੀਡੀਓ ਅਸੀਂ ਚਲਾਈ ਹੈ, ਅੱਜ ਵੀ ਸਾਡੇ ਕੋਲ ਵੀਡੀਓ ਪਹੁੰਚੀ ਹੈ। ਉੱਥੇ ਜਾ ਕੇ ਦਰਖਾਸਤ ਦਿੱਤੀ ਗਈ ਹੈ ਲੋਕਾਂ ਦੇ ਖਿਲਾਫ, ਦਰਖਾਸਤ ਮਨਜ਼ੂਰ ਹੋ ਗਈ, ਉਹਦੇ ਤੇ ਜੋ ਕਾਰਵਾਈਆਂ ਹੋਣੀਆਂ ਨੇ ਉਹ ਸਾਰਾ ਮਹਿਕਮੇ ਦਾ ਕੰਮ ਹੈ। ਪਰ ਹੁਣ ਸਭ ਤੋਂ ਵੱਡੀ ਗੱਲ ਕੀ ਹੈ ਵੀ ਅੱਜ ਇਲੈਕਸ਼ਨ ਵੀ ਹੋ ਗਏ, ਸਾਰਾ ਕੁਛ ਹੋ ਗਿਆ, ਵੀ ਦੁਬਾਰਾ ਕਿਉਂ ਮੁੱਦਾ ਚੁੱਕਿਆ? ਵੀਰੇ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਬਹੁਤ ਲੋਕ ਐਸੇ ਨੇ ਜੋ ਬੜਾ ਗਲਤ ਫਾਇਦਾ ਚੁੱਕਦੇ ਨੇ। ਇਹ ਵੀਡੀਓ ਨੂੰ ਵੀ ਕੱਟ ਕਰਕੇ, ਚੌਧਰੀ ਜਿਹੜੇ ਕਿਸ਼ਨ ਲਾਲ ਨੇ ਉਹਨਾਂ ਦੀ ਵੀਡੀਓ ਨੂੰ ਕੱਟ ਕਰਕੇ, ਉਹ ਥੋੜੀ ਜਿਹੀ ਤੁਹਾਨੂੰ ਝਲਕ ਅਸੀਂ ਦਿਖਾਈ ਵੀ ਹੈ ਪਹਿਲਾਂ ਸਟਾਰਟਿੰਗ 'ਚ, ਕੱਟ ਕਰਕੇ ਕਹਿਤਾ ਵੀ ਹਾਂ ਵੀ ਆਹ ਇੱਦਾਂ ਇੱਦਾਂ ਇੱਦਾਂ, ਉਹ ਸਮਾਜ ਨੂੰ ਗਲਤ ਫਲਤ ਪੇਸ਼ ਕਰਤਾ ਉਹਨਾਂ ਦੀ ਜ਼ੁਬਾਨੀ ਐਡਿਟ ਕਰਕੇ। ਹੁਣ ਜਦੋਂ ਕਿਸ ਨੂੰ ਇਹ ਜਵਾਬ ਦੇਣਗੇ, ਉਹ ਸਭ ਤੋਂ ਵੱਡਾ ਜ਼ਰੀਆ ਪਲੇਟਫਾਰਮ ਮੀਡੀਆ ਸਾਡੇ ਜ਼ਰੀਏ ਆਪਣੀ ਗੱਲਬਾਤ ਰੱਖਣ ਲੱਗੇ ਨੇ ਚੌਧਰੀ ਸਾਹਿਬ, ਜਿਹੜੇ ਸਿਰਫ ਇੱਕ ਸਮਾਜ ਕੀ ਹਰ ਸਮਾਜ ਦੇ ਵਿੱਚ ਜਿੱਥੇ ਵੀ ਕੋਈ ਕੁਰੀਤੀ ਹੁੰਦੀ ਹੈ ਉਹਦੇ ਖਿਲਾਫ ਆਵਾਜ਼ ਚੁੱਕਦੇ ਨੇ, ਅੱਜ ਸਾਡੇ ਨਾਲ ਜੁੜੇ ਨੇ, ਗੱਲਬਾਤ ਕਰਦੇ। ਚੌਧਰੀ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਉਸੇ ਨੂੰ ਕੱਟ ਵੱਢ ਕਰਕੇ ਇਹ ਕੋਈ ਇੰਸਟਾਗ੍ਰਾਮ ਤੇ ਪਾ ਰਿਹਾ, ਕੋਈ ਵਟਸਐਪ ਤੇ ਪਾ ਰਿਹਾ, ਤੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਮਕਬੂਲ ਜੀ, ਖਡੂਰ ਸਾਹਿਬ ਦਾ ਇਲੈਕਸ਼ਨ ਹੋਇਆ, ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਜੀ ਜਿੱਤੇ, ਉੱਥੋਂ ਇੱਕ ਪਰਮਜੀਤ ਅਕਾਲੀ ਹੈ ਜੀ, ਇਹਦਾ ਬਹੁਤ ਵੱਡਾ ਸਪੋਰਟਰ ਹੈ, ਇਹਦੇ ਨਾਲ ਹੀ ਦੇਖਿਆ ਜਾਂਦਾ, ਜਦੋਂ ਵੀ ਦੇਖੋ ਇਹਨਾਂ ਦੇ ਨਾਲ ਹੀ ਹੁੰਦਾ, ਜੇ ਮਾਤਾ ਬਾਹਰ ਆਵੇ ਤਾਂ ਮਾਤਾ ਦੇ ਵੀ ਨਾਲ ਹੁੰਦਾ, ਇਹਦੇ ਫਾਦਰ ਸਾਹਿਬ ਹੁਣ ਉਹ ਨਾਲ ਕੰਮ, ਸਮਝ ਲਓ ਵੀ ਰਾਈਟ ਹੈਂਡ ਆ ਬੰਦਾ ਉਹ ਜੀ। ਉਹਦੀ ਤੇ ਇੱਕ USA ਤੋਂ ਕੋਈ ਚਾਚਾ ਵਘੇਲ ਹੈ, ਇਹਨਾਂ ਦੀ ਵਟਸਐਪ ਚੈਟ ਹੋਈ ਹੈ, ਆਪਣੇ ਕੀ ਕਹਿੰਦੇ ਹੈ, ਵਾਇਰਲ ਹੋਈ ਹੈ। ਉਹ ਜਿਹੜੀ ਵਟਸਐਪ ਚੈਟ ਵਾਲਾ ਚੈਨਲ ਹੈ, ਜੇ ਕੋਈ ਵਟਸਐਪ ਗਰੁੱਪ ਆ, ਉਹ ਹੈਗਾ ਖਡੂਰ ਸਾਹਿਬ ਮਿਸ਼ਨ, ਖਡੂਰ ਸਾਹਿਬ ਮਿਸ਼ਨ ਜੀ, ਖਡੂਰ ਸਾਹਿਬ ਮਿਸ਼ਨ ਤੋਂ ਇਹ ਵਾਇਰਲ ਚੈਟ ਜਿਹੜੀ ਵਾਇਰਲ ਹੋਈ, ਉਹਦੇ ਵਿੱਚ ਉਹ ਜਿਹੜਾ USA ਵਾਲਾ ਭਰਾ ਜੀ ਕੀ ਕਹਿ ਰਹੇ ਆ, ਕਹਿੰਦੇ ਵੀ ਕੀ ਪ੍ਰੋਗਰਾਮ ਹੈ ਇਲੈਕਸ਼ਨ ਦਾ, ਇਲੈਕਸ਼ਨ ਵੀ ਕਿਵੇਂ ਚੱਲ ਰਿਹਾ? ਉਹ ਕਹਿੰਦੇ ਜੀ ਅੰਮ੍ਰਿਤਪਾਲ, ਬਾਕੀ ਸਾਰਾ ਕੁਛ ਸੈੱਟ ਹੈ, ਪਰ ਅੰਮ੍ਰਿਤਪਾਲ ਨੇ ਇੱਕ ਗਲਤ ਕੰਮ ਕਰਤਾ ਵੀ ਸੰਵਿਧਾਨ ਬਾਰੇ ਬੋਲ ਗਿਆ, ਉਹ ਵੀ ਮੈਂ ਸੰਵਿਧਾਨ ਨੂੰ ਮੰਨਦਾ ਨਹੀਂ, ਇਸ ਕਰਕੇ ਐਸੀ ਸਮਾਜ ਸਾਰਾ ਉਹਨਾਂ ਤੋਂ ਬੇਖਬਰ ਹੋਇਆ ਹੈ, ਤੇ ਐਸੀ ਸਮਾਜ ਦੀ ਆਪਣੀ ਜੋ ਟੁੱਟੂਗੀ ਜੀ। ਇਹ ਚੈਟ ਤੇ ਹੋ ਰਹੀ ਹੈ ਗੱਲਬਾਤ ਸਾਰੀ,
ਉਹਨਾਂ ਨੇ ਫਿਰ ਇਹ ਗੱਲ ਕਹੀ ਵੀ ਇਹ ਜਿਹੜੀਆਂ ਚੂੜੇ ਚਵੇਰਾਂ ਦੀਆਂ ਕੁੜੀਆਂ ਧੀਆਂ ਭੈਣਾਂ ਨਾ ਇਹ 1000-1000 ਪਿੱਛੇ ਮਿਲ ਜਾਂਦੀਆਂ ਤੇ ਤੁਸੀਂ 500-500 ਪਿੱਛੇ ਹੋਰ ਖਰੀਦ ਲਓ, ਪੈਸੇ ਅਸੀਂ ਭੇਜ ਦਿੰਦੇ ਹਾਂ ਇਧਰੋਂ ਜੀ। ਪਰ ਚੌਧਰੀ ਸਾਹਿਬ ਉਹ ਜਿਹੜਾ ਗਰੁੱਪ ਖਡੂਰ ਸਾਹਿਬ ਕੰਸਟੀਚੁਐਂਸੀ ਵਾਲਾ ਗਰੁੱਪ ਰਿਲੇਟਡ ਬਣਾਇਆ ਸੀ, ਕਿਤੇ ਉਹ ਸਾਰਾ ਫੇਕ ਹੀ ਨਾ ਹੋਵੇ, ਕਈ ਵਾਰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਵੀ ਹੋ ਜਾਂਦੀਆਂ ਨੇ। ਦੇਖੋ ਜੀ ਅਸੀਂ ਇਸੇ ਕਰਕੇ ਜਦੋਂ ਪਰਮਜੀਤ ਅਕਾਲੀ ਦੀ ਉਹਦਾ ਪਰਮਜੀਤ ਅਕਾਲੀ ਦਾ ਆਇਆ ਜਦੋਂ ਵਰਜਨ ਆਇਆ ਉਹਨੇ ਆਪਦੀ ਸਪਸ਼ਟੀਕਰਨ ਦਿੱਤਾ ਤੇ ਅਸੀਂ ਉਸ ਕੰਪਲੇਂਟ ਉਸ ਹਿਸਾਬ ਨਾਲ ਦਿੱਤੀ ਹੈ ਵੀ ਫਲਾਂ ਕੋਈ ਪਰਮਜੀਤ ਅਕਾਲੀ ਹੈ ਤੇ ਫਲਾਂ ਕੋਈ ਬਾਹਰ ਦਾ ਤੇ ਫਲਾਂ ਕੋਈ ਹੋਰ ਹੈ। ਕੋਈ ਵੀ ਕਿਸੇ ਨੂੰ ਵੀ ਮਤਲਬ ਅਧਿਕਾਰ ਨੀ ਹੈਗਾ ਇਹ ਕੁਛ ਬੋਲਣ ਦਾ। ਹਾਂ ਇਹਨੂੰ ਤਸਦੀਕ ਕਰ ਲਓ ਤੇ ਜਿਹਦੇ ਤੇ ਵਰਦੀ ਹੈ ਕਾਰਵਾਈ ਕਰ ਦਿਓ ਤੇ ਇਹ ਪ੍ਰਸ਼ਾਸਨ ਮਲੋਟ ਨੇ ਖਡੂਰ ਸਾਹਿਬ ਨੂੰ ਭੇਜ ਦਿੱਤੀ ਸੀ ਉਹ ਇੱਥੋਂ ਫਾਰਵਰਡ ਕਰਕੇ ਵੀ ਉੱਥੋਂ ਦਾ ਬਗੂਆ ਬਣਦਾ ਪਰਚਾ ਦਰਜ ਕਰੋ। ਚੌਧਰੀ ਸਾਹਿਬ ਬਿਲਕੁਲ ਸਹੀ ਹੈ, ਤੁਹਾਡਾ ਫਰਜ਼ ਹੈ ਧਰਮ ਲਈ ਸਮਾਜ ਲਈ ਗੱਲ ਕਰਦੇ ਹੋ, ਅਕਸਰ ਤੁਸੀਂ DSP ਸਾਹਿਬ ਨੂੰ ਦੇਤੀ ਭਾਵੇਂ ਪਰਮਜੀਤ ਅਕਾਲੀ ਹੋਣ ਭਾਵੇਂ ਕੋਈ ਵੀ ਹੋਵੇ, ਜਾਂਚ ਕਰਨੀ ਬਣਦੀ ਹੈ ਕਿਉਂਕਿ ਏਡੇ ਭੱਦੇ ਸ਼ਬਦ ਏਦਾਂ ਮਾੜੇ ਗੱਲਾਂ ਕਰਨੀਆਂ ਇਹ ਕਿਤੇ ਵੀ ਸੋਭਾ ਨਹੀਂ ਦਿੰਦੀਆਂ। ਹੁਣ ਕੀ ਮਸਲਾ ਆਪਾਂ ਉੱਥੇ ਆਈਏ, ਦਰਸ਼ਕਾਂ ਨੂੰ ਇਹ ਦੱਸੋ। ਮਸਲਾ ਇਹ ਹੈ ਜੀ ਕਿ ਜਿਹੜੀ ਮੈਂ ਉੱਥੇ ਵੀਡੀਓ ਕੀਤੀ ਸੀ DSP ਸਾਹਿਬ ਦੇ ਬਾਹਰਲੇ ਪਾਸੇ ਜਿੱਥੇ ਬੋਰਡ ਲੱਗਾ DSP ਮਲੋੜ ਦਾ, ਉਹਦੇ ਵਿੱਚ ਮੈਂ ਇਹ ਕੀਤੀ ਸੀ ਵੀ ਆਹ ਇੱਕ ਚੈਟ ਵਾਇਰਲ ਹੋਈ ਹੈ ਭਰਾਵੋ ਵਟਸਐਪ ਗਰੁੱਪ ਤੋਂ, ਇਹ ਖਡੂਰ ਸਾਹਿਬ ਦੇ ਨਾਂ ਤੇ ਬਣਿਆ ਰਿਹਾ ਮਿਸ਼ਨ ਖਡੂਰ ਸਾਹਿਬ, ਇਹਦੇ ਤੋਂ ਸਾਡੀਆਂ ਧੀਆਂ ਭੈਣਾਂ ਨੂੰ 1000-1000 ਰੁਪਇਆ ਇਹਨਾਂ ਨੇ ਕਿਹਾ ਵੀ ਬੋਲੀ ਲੱਗ ਜਾਂਦੀ, ਇਹਨਾਂ ਦੀ 500-500 ਚ ਵੋਟਾਂ ਖਰੀਦ ਲਓ ਤੇ ਅਸੀਂ ਕੰਪਲੇਂਟ ਕਰਨ ਲੱਗੇ ਹਾਂ। ਇਸ ਕਰਕੇ ਬੇਨਤੀ ਹੈ ਕਿ ਇਹੋ ਜਿਹੇ ਲੋਕ ਆ ਜਿਹੜੇ ਆਹ ਜਿਹੜੇ ਆਹ ਫੇਕ ਆਈਡੀਆਂ ਬਣਾ ਕੇ ਇਹੋ ਜਿਹੀਆਂ ਚੀਜ਼ਾਂ ਪਾਉਂਦੇ ਆ ਇਹ, ਜਾਂ ਜਿਹੜੀਆਂ ਗਲਤ ਮੈਸੇਜ ਜਾਂਦਾ ਫੇਸਬੁੱਕ ਤੇ ਪਬਲਿਕ ਦੇ ਵਿੱਚ, ਇਹਨਾਂ ਦੇ ਖਿਲਾਫ਼ ਫਰਜ਼ੀ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੜੇ ਇਹ ਜਿਹਨਾਂ ਦੇ ਚੈਟ ਹੈ ਜਿਹਨਾਂ ਦੀ ਜਿਹੜੇ ਬੰਦੇ ਦੀ ਚੈਟ ਹੈ ਤੇ ਉਹਨਾਂ ਦਾ ਮੈਂ ਸਮਾਜ ਨੂੰ ਕਹਿੰਦਾ ਵੀ ਬਾਈਕਾਟ ਕਰੋ ਜੀ। ਬਿਲਕੁਲ ਮੈਂ ਕਹੀ ਸੀ ਗੱਲ, ਪਰ 5-6 ਦਿਨਾਂ ਬਾਅਦ ਹੁਣ ਇਹ ਵੀਡੀਓ ਕਿਸੇ ਨੇ ਜਾਂ ਤਾਂ ਇਹਨਾਂ ਦੇ ਬੰਦਿਆਂ ਨੇ ਕਿਸੇ ਨੇ ਐਡਿਟ ਕੀਤੀ ਹੋਈ ਵੀਡੀਓ ਹੈ, ਵੀਡੀਓ ਐਡਿਟ ਕਰਕੇ ਇੰਸਟਾਗ੍ਰਾਮ ਤੇ 2-3 ਆਈਡੀਆਂ ਤੇ ਚਲਾ ਤੀ, ਵਿਊ ਲੈ ਲਓ ਕੋਈ ਗੱਲ ਨੀ, ਪਰ ਜਦੋਂ ਮੇਰਾ ਧੱਕਾ ਵੱਜਿਆ ਨਾ ਕੰਪਲੇਂਟ ਕੀਤੀ ਹੋਈ ਹੈ, ਵਿਊ ਮੈਂ ਸਾਰੇ ਧੱਕ ਦੇਣੇ ਅੰਦਰ। ਇੱਕ ਹੈਗਾ ਕੋਈ ਜੋਤ ਤੇ ਜੋਤ ਵੱਲਾ ਦੇ ਨਾਂ ਤੇ ਹੈ, ਲੁਧਿਆਣੇ ਦੇ ਖੰਨੇ ਦੇ ਵਿੱਚ ਪਿੰਡ ਹੈ, ਉਹਨੂੰ ਅਸੀਂ ਫੋਨ ਲਾਇਆ ਸੀ ਵੀ ਯਾਰ ਤੂੰ ਕਰਤਾ ਬੈਠਾ ਹੁਣ ਗਲਤ ਹੋ ਗਿਆ, ਉਹਨੇ ਡਿਲੀਟ ਕਰ ਗਿਆ, ਗਲਤ ਸੀ ਤੇ ਡਿਲੀਟ ਹੀ ਹੋ। ਮੈਂ ਕਈ ਆਈਡੀਆ ਤੇ ਇੰਸਟਾਗ੍ਰਾਮ ਤੇ ਦੇਖਿਆ ਰਿਮੂਵ ਹੋ ਗਈ, ਅਨਅਵੇਲੇਬਲ ਹੋ ਗਈ, ਵੀਡੀਓ ਹੈ ਨੀ, ਪਰ ਜਿਨ੍ਹਾਂ ਨੇ ਵਟਸਐਪ ਤੇ ਡਾਊਨਲੋਡ ਕਰਕੇ ਪਾਤੀ ਉਹਨਾਂ ਲਈ ਕੀ ਸੁਨੇਹਾ? ਬਸ ਉਹਨਾਂ ਨੇ ਇਹ ਸੁਨੇਹਾ ਮੈਂ ਸਾਰੇ ਭਾਈਚਾਰਿਆਂ ਨੂੰ, ਜਿੰਨੇ ਵੀ ਕੋਈ ਭਾਈਚਾਰਾ ਸਾਡਾ, ਅਸੀਂ ਐਸੀ ਭਾਈਚਾਰਾ, ਸਾਰੇ ਆਪਦਾ ਮਨੋਬਲ ਬਣਾ ਕੇ ਰੱਖੋ, ਇਹ ਲੋਕ ਸਾਨੂੰ ਭੜਕਾਉਣ ਦੀ ਖਾਤਰ, ਪੰਜਾਬ ਦੇ ਹਾਲਾਤ ਕਾਰਨ ਖਰਾਬ ਕਰਨ ਦੀ ਖਾਤਰ ਕਿਤੋਂ ਤੱਕ ਵੀ ਗਿਰ ਸਕਦੇ ਆ, ਕਿਉਂਕਿ ਇਹਨਾਂ ਨੇ ਇਹੋ ਜਿਹੀਆਂ ਚੈਟਾਂ ਕਰਕੇ ਕੋਈ ਫੇਕ ਆਈਡੀਆਂ ਦੇ ਉੱਤੇ ਇਹੋ ਜਿਹੀ ਐਡਿਟ ਕਰਕੇ, ਦੇਖੋ ਪਹਿਲਾਂ ਤਾਂ ਮਕਬੂਲ ਦੀ ਜਿਹੜੀ ਸੋਸ਼ਲ ਮੀਡੀਆ ਬਣਿਆ ਨਾ, ਸੋਸ਼ਲ ਮੀਡੀਆ ਇਸ ਕਰਕੇ ਬਣਿਆ ਵੀ ਕਿਸੇ ਨੂੰ ਸਹੀ ਮੈਸੇਜ, ਚੰਗਾ ਮੈਸੇਜ ਪਬਲਿਕ ਦੇ ਵਿੱਚ, ਕੋਈ ਚੰਗਾ ਕੰਮ ਹੋ ਰਿਹਾ, ਕੋਈ ਸੇਵਾ ਹੋ ਰਹੀ ਹੈ, ਕਿਤੇ ਕੋਈ NGO ਵਾਲਾ ਚੰਗੀ ਸੇਵਾ ਕਰ ਰਿਹਾ, ਜਾਂ ਕੋਈ ਇਹੋ ਜਿਹੀ ਜਗ੍ਹਾ ਤੇ ਇਹੋ ਜਿਹਾ ਕੋਈ ਇਨਸਾਨ ਫਸ ਗਿਆ ਜਿਹੜਾ ਕੋਈ ਪਰ ਜਿਹੜਾ ਮਾੜਾ ਦੁਰਵਰਤੋਂ ਕਰ ਰਿਹਾ ਉਹ ਉਸ ਤੋਂ ਵੀ ਖਤਰਨਾਕ ਹੈ ਚੌਧਰੀ ਸਾਹਿਬ। ਉਹ ਹੁਣ ਦੇਖੋ ਜੀ ਇਹ 2-3 ਚੌਣਾਂ ਹੈਗੀਆਂ ਤੇ ਕੰਪਲੇਂਟ ਕੀਤੀ ਹੈ ਜੀ, ਤੇ ਕੰਪਲੇਂਟ ਦੇ ਵਿੱਚ 2-3 ਤੇ ਡਿਲੀਟ ਹੀ ਕਰ ਗਏ ਤੇ ਇਹਨਾਂ ਵਾਸਤੇ ਬਹੁਤ ਮਾੜੀ ਗੱਲ ਹੈ ਤੇ ਮੈਂ ਦੁਬਾਰਾ ਫੇਰ ਸਾਡੇ ਐਸੀ ਸਮਾਜ ਨੂੰ। ਅੱਛਾ ਇੱਕ ਚੀਜ਼ ਹੋਰ ਹੈ ਜੀ, ਵੱਡਾ ਸਵਾਲ ਖੜਾ ਹੁੰਦਾ ਹੈ ਮਕਬੂਲ ਜੀ ਤੇ, ਵੀ ਚੌਧਰੀ ਕਿਸੇ ਦੀ ਜਾਣ ਪਛਾਣ ਦਾ ਮਹਤਾਜ ਤਾਂ ਹੈ ਨੀ ਗਾ, ਆਲ ਕੰਟਰੀਆਂ ਦਾ ਜਿੰਨੇ ਵੀ ਪੁਆਇੰਟ ਦੇ ਵਿੱਚ ਜਾਂਦੇ ਜੀ, ਵੀ ਯਾਰ ਤੁਸੀਂ ਜੇਕਰ ਮੇਰੀ ਆਹ ਐਡਿਟ ਹੀ ਕਰਨੀ ਹੈ ਤੇ
ਦੂਸਰੇ ਸਮਾਜ ਦਾ ਕਰਕੇ ਦਿਖਾਓ ਮੈਨੂੰ, ਤੁਸੀਂ ਮੇਰੇ ਸਮਾਜ ਦੇ ਕਰੀ ਜਾਂਦੇ ਜਿਨ੍ਹਾਂ ਦੇ ਨਾਲ ਮੈਂ ਯਾਰ ਹਿੱਕਦਾ ਕੇ ਖੜ ਜਾਂਦਾ, ਇਹ ਮੰਨਣ ਯੋਗ ਹੈ? ਕੁਛ ਲੋਕ ਇਹੋ ਜਿਹੇ ਹੈਗੇ ਆ ਸਾਡੇ, ਸਾਡੇ ਲੋਕ ਵੀ ਕਾਲੀਆਂ ਭੇਟਾਂ ਹੈਗੇ, ਉਹ ਆਪ ਹੀ ਡਿਲੀਟ ਆਪ ਹੀ ਚੱਕ ਕੇ ਉਹਨੂੰ ਤੇ ਡਾਊਨਲੋਡ ਕਰਕੇ ਸਾਡੇ ਬੰਦੇ ਚਲਾਈ ਜਾਂਦੇ ਆ, ਉਹ ਸੀ ਉਹਦੀ ਖਾਤਰ। ਆਪਾਂ ਬਹੁਤ ਮਸਲੇ ਨੇ ਪੰਜਾਬ ਦੇ, ਸਰਕਾਰ ਦੇ ਜਿਹੜੇ ਮਸਲੇ ਆ ਬੜੇ, ਇਸ ਟਾਈਮ ਤੁਹਾਨੂੰ ਪਤਾ ਕੀ ਪੰਜਾਬ ਦੇ ਹਾਲਾਤ ਨੇ ਨਾ, ਤੇ ਮੈਂ ਬਿਲਕੁਲ ਤੁਹਾਨੂੰ ਦਿਨ ਪਰ ਦਿਨ ਲਾਈਨ ਤੇ ਲੰਦਾ ਰਹਾਂਗਾ, ਪਰ ਅੱਜ ਐਸੀ ਸਮਾਜ ਨੂੰ, ਭਾਵੇਂ ਬੈਕਵਰਡ ਬੀ ਸੀ ਸਮਾਜ ਹੈ, ਐਸੀ ਸਮਾਜ ਹੈ, ਭਾਵੇਂ ਜਨਰਲ ਸਮਾਜ ਹੈ, ਸਾਰਿਆਂ ਲਈ ਕੀ ਮੈਸੇਜ ਹੈ ਅਖੀਰ ਦੇ ਵਿੱਚ? ਇਹਦਾ ਜੀ ਅਸੀਂ ਵੀ ਮੈਂ ਜਿਹੜੀ ਬੇਨਤੀ ਹੈ ਜੋੜ ਕੇ ਵੀ, ਇਹ ਜਿਹੜੀ ਜਿਹੜੀ ਇਹਨਾਂ ਨੇ ਐਡਿਟ ਕੀਤੀ ਹੈ ਇਹ ਬਿਲਕੁਲ ਗਲਤ ਕੀਤੀ ਹੈ, ਤੇ ਮੈਂ ਸਾਰੇ ਭਾਈਚਾਰੇ ਨੂੰ ਸਾਰੇ ਸਮਾਜ ਨੂੰ ਮੇਰੀ ਬੇਨਤੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਤੋਂ ਬਚੋ, ਤੇ ਚੌਧਰੀ ਰਾਤ ਦਿਨ ਇੱਕ ਕਰ ਦੂਗਾ ਐਸੀ ਸਮਾਜ ਦੇ ਹੱਕ ਦੇ ਵਿੱਚ ਖੜਨ ਵਾਸਤੇ, ਕਿਤੇ ਕੋਈ ਇਹੋ ਜਿਹਾ ਪੰਗਾ ਵੀ ਪੈ ਗਿਆ ਤੇ ਚੌਧਰੀ ਸਾਰਿਆਂ ਨੂੰ ਪਹਿਲਾਂ ਬੋਲਦਾ ਹੁੰਦਾ, ਤੁਹਾਨੂੰ ਪਤਾ ਹੀ ਹੈ ਜੀ, ਭਲਾ ਕੋਈ ਸਮਾਜ ਜਨਰਲ ਸਮਾਜ ਹੈ ਤੇ ਭਲਾ ਕੋਈ ਹੈ ਜਿੱਥੇ ਕੋਈ ਗਲਤ ਹੁੰਦਾ, ਉੱਥੇ ਮੈਂ ਖੜਨਾ ਹੀ ਖੜਨਾ ਜਾ ਕੇ ਜੋ ਮਰਜ਼ੀ ਹੋ ਜਾਏ ਜੀ, ਪਰ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਇਗਨੋਰ ਕੀਤਾ ਜਾਵੇ, ਜੇ ਕੋਈ ਆਈਡੀ ਤੇ ਆਉਂਦੀ ਵੀ ਹੈ ਤੇ ਇਹਨੂੰ ਉੱਪਰ ਕਰ ਲਿਓ, ਕਿਉਂਕਿ ਵਿਊਆਂ ਦੀ ਖਾਤਰ ਤੇ ਆਪਦੀ ਪਬਲਿਸਿਟੀ ਦੀ ਖਾਤਰ ਇਹ ਵੀਡੀਓ ਪਾ ਕੇ ਵਿਊਆਂ ਦਾ ਚੱਕਰ ਹੈ, ਹੋਰ ਕੋਈ ਚੱਕਰ ਨਹੀਂ, ਤੇ ਮੇਰਾ ਸਪਸ਼ਟੀਕਰਨ ਲਾਸਟ ਤੇ ਇਹੀ ਹੈ ਮਕਬੂਲ ਜੀ, ਸਾਰੇ ਮੈਂ ਫੇਸਬੁੱਕ ਪਰਿਵਾਰ ਤੇ ਮੇਰੇ ਪੇਜ ਦੇ ਉੱਤੇ ਜਾਂ ਯੂਟਿਊਬ ਤੇ ਇੰਸਟਾਗ੍ਰਾਮ ਤੇ ਮੇਰਾ ਪਰਿਵਾਰ ਹੈ ਸਾਰਿਆਂ ਨੂੰ ਮੇਰੀ ਵੀ ਹੱਥ ਜੋੜ ਕੇ ਬੇਨਤੀ ਹੈ, ਇਹੋ ਜਿਹੀਆਂ ਚਵਲਾਂ ਨੂੰ ਨਾ ਇਹਨਾਂ ਨੂੰ ਇਗਨੋਰ ਕਰ ਦਿਆ ਕਰੋ, ਇਹ ਪਾਰਾ ਪਾਉਂਦੇ ਆਪਣੇ ਸਮਾਜ ਦੇ ਵਿੱਚ, ਇਹਨਾਂ ਕਿਸੇ ਦਾ ਮੈਂ ਦੱਸਦਾ ਜੀ ਕਿਹੜਾ ਜੀ, ਤੇ ਬਾਕੀ ਇਹਦੇ ਤੇ ਜਿਹੜੀ ਕਾਰਵਾਈ ਬਣਨੀ ਹੈ ਉਹ ਤਾਂ ਅਸੀਂ ਕਰਾਈ ਦੇ ਹਾਂ ਜੀ, ਤੁਹਾਨੂੰ ਪਤਾ ਹੀ ਹੈ ਵੀ ਸਾਡੇ ਧੱਕੇ ਦੇ ਫਿਰ ਗਾਹ ਗਾਹ ਹੀ ਚੱਲਦੇ, ਤੁਹਾਨੂੰ ਪਤਾ ਹੀ ਹੈ ਜੀ। ਚੌਧਰੀ ਸਾਹਿਬ ਗੱਲਬਾਤ ਕਰਨ ਲਈ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ। ਚੌਧਰੀ ਕਿਸ਼ਨ ਲਾਲ ਦੇ ਨਾਲ ਗੱਲਬਾਤ ਹੋਈ ਹੈ, ਉਹਨਾਂ ਨੇ ਸਾਰਾ ਆਪਣਾ ਸਪਸ਼ਟੀਕਰਨ ਜਿਹੜੀ ਵੀਡੀਓ ਐਡਿਟ ਕਰਕੇ ਪਾਈ ਹੋਈ ਹੈ ਉਹਦਾ ਉਹਦੇ ਬਾਰੇ ਦਿੱਤਾ ਹੈ, ਸਾਰੇ ਸਮਾਜ ਨੂੰ ਬੇਨਤੀ ਕੀਤੀ ਹੈ, ਉਹਨਾਂ ਨੇ ਆਪਣੇ ਸਿਆਸੀ ਸਮਾਜ ਨੂੰ ਵੀ ਬੇਨਤੀ ਕੀਤੀ ਹੈ ਵੀ ਇਹੋ ਜਿਹੀਆਂ ਵੀਡੀਓ ਨੂੰ ਤੁਸੀਂ ਇਗਨੋਰ ਕਰੋ, ਕਈ ਲੋਕ ਐਸੇ ਨੇ ਜਿਹੜੇ ਫੇਮ ਲਈ ਵਿਊਜ਼ ਇਕੱਠੇ ਕਰਨ ਲਈ ਇਹ ਤੋੜ ਮਰੋੜ ਕੇ ਵੀਡੀਓ ਨੂੰ ਪਾਉਂਦੇ ਨੇ, ਜਿਹੜੀ ਪਹਿਲਾਂ ਕਥਿਤ ਮੈਂ ਤੁਹਾਨੂੰ ਵਟਸਐਪ ਤੇ ਚੈਟ ਦੇ ਵਿੱਚ ਜ਼ਿਕਰ ਕੀਤਾ ਸੀ ਉਹਦੇ ਖਿਲਾਫ ਜਦੋਂ ਇਹ ਦੇ ਰਹੇ ਨੇ ਦਰਖਾਸਤ ਡੀ ਐਸ ਪੀ ਮਲੌਟ ਨੂੰ, ਉਹਦੇ ਵਿੱਚੋਂ ਕੱਟ ਕੱਟ ਕੇ ਇਹ ਲਾਈਆਂ ਨੇ, ਉਹਦੀ ਓਰੀਜਨਲ ਵੀਡੀਓ ਵੀ ਸਾਡੇ ਕੋਲ ਹੈਗੀ ਹੈ, ਜਿਹੜੀ ਫੇਕ ਹੈ ਤੁਸੀਂ ਉਹ ਵੀ ਦੇਖ ਚੁੱਕੇ ਹੋ, ਤੇ ਅੱਜ ਸੋਸ਼ਲ ਮੀਡੀਆ ਦੀ ਇਹਨਾਂ ਨੇ ਗੱਲਬਾਤ ਕੀਤੀ ਹੈ ਵੀ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਚੰਗੇ ਕੰਮਾਂ ਵਾਸਤੇ ਜੇ ਕੋਈ ਚੰਗੀ ਗਤੀਵਿਧੀ ਕਰਦਾ ਉਹਨੂੰ ਬਹੁਤ ਵਧੀਆ ਪਲੇਟਫਾਰਮ ਉਹਦੇ ਵਾਸਤੇ, ਪਰ ਜਿਹੜੇ ਲੋਕ ਇਹਦੀ ਦੁਰਵਰਤੋਂ ਕਰਦੇ ਨੇ ਤੇ ਉਹ ਵੀ ਤੁਹਾਨੂੰ ਸਭ ਦੇ ਸਾਹਮਣੇ ਆ, ਹੁਣ ਪਛਾਣਨਾ ਆਪਾਂ ਖੁਦ ਲੋਕਾਂ ਨੇ ਵੀ ਕੌਣ ਸਾਡਾ ਸੱਚਾ ਹਮਦਰਦ ਹੈ। ਸਤਿ ਸ੍ਰੀ ਅਕਾਲ।